ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਦੋਂ ਨੌਜਵਾਨ ਨੂੰ ਹਾਰਟ ਅਟੈਕ ਆਇਆ ਤੇ ਉਸਨੇ ਇਸ ਜ਼ਿੰਦਗੀ ਨੂੰ ਹੀ ਅਲਵਿਦਾ ਕਹਿ ਦਿੱਤਾ। ਨੌਜਵਾਨ ਦੀ ਉਮਰ ਮਹਿਜ਼ 30 ਸਾਲ ਦੀ ਸੀ, ਜੋ ਬਟਾਲਾ ਦਾ ਰਹਿਣ ਵਾਲਾ ਸੀ। ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਉਹ ਕੈਨੇਡਾ ਗਿਆ ਸੀ। ਹਾਲਾਂਕਿ ਹਜੇ 1.5 ਸਾਲ ਹੀ ਹੋਏ ਸਨ ਉਸਨੂੰ ਵਿਦੇਸ਼ ਗਿਆ ਨੂੰ, ਪਰ ਹੁਣ ਹਾਰਟ ਅਟੈਕ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ, ਜਿਸ ਤੋਂ ਬਾਅਦ ਆਪ ਵਿਦੇਸ਼ ਗਿਆ ਤੇ ਹੁਣ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਨੌਜਵਾਨ ਪ੍ਰਭਜੀਤ ਸਿੰਘ ਛੱਡ ਗਿਆ। ਅਤੇ ਇਸ ਤੋਂ ਇਲਾਵਾ ਨੌਜਵਾਨ ਪ੍ਰਭਜੀਤ ਸਿੰਘ ਆਪਣੇ 2 ਸਾਲ ਦੇ ਬੱਚੇ ਨੂੰ ਵੀ ਪਿੱਛੇ ਰੋਂਦਾ ਹੋਇਆ ਛੱਡ ਗਿਆ। ਦੱਸਣਾ ਪੈਂਦਾ ਹੈ ਕਿ ਬਟਾਲਾ ਦਾ ਰਹਿਣ ਵਾਲਾ ਸੀ ਨੌਜਵਾਨ ਪ੍ਰਭਜੀਤ ਸਿੰਘ, ਜਿਸ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋ ਗਈ ਹੈ। ਘਰ ਦੇ ਹਾਲਾਤ ਸੁਧਾਰਨ ਲਈ 1.5 ਸਾਲ ਪਹਿਲਾਂ ਹੀ ਪ੍ਰਭਜੀਤ ਕੈਨੇਡਾ ਗਿਆ ਸੀ। ਪਹਿਲਾਂ ਉਸਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ, ਜਿਸ ਤੋਂ ਬਾਅਦ ਆਪ ਵੀ ਵਿਦੇਸ਼ ਪਹੁੰਚਿਆ ਅਤੇ ਹੁਣ ਆਪਣੇ ਪਿੱਛੇ ਆਪਣੇ ਮਾਂ ਪਿਓ, ਪਤਨੀ ਤੇ 2 ਸਾਲ ਦੇ ਬੱਚੇ ਨੂੰ ਪ੍ਰਭਜੀਤ ਛੱਡ ਗਿਆ।